लो जी अज थोनू दिने आपां पवन दे वेट दी अपडेट पूरे महीने बाद आजो जी। सिर्फ डाइट थी मतलब 20 दिन डाइट की ओदू बाद खीरले 10 दिन जो ट्रैक्टर का काम शुरू हो गया ओदू बाद भी छड़ता जिदने मैं पहले भार जोखिया मेरा भार सी 100.55 पहले 10 दिन जी मैं आपका भार 96 लै आंदा मैं कहा लै हुण तां किलो ही रह गया आपां घटाई लैणा मैं रिलैक्स हो गया ते अज मेरा भार हैगा वा 30 दिनां बाद 98.55 मतलब मेरा भी भार सिर्फ 2 किलो ही घटिया असीं चैलेंज हार चुके हां पर असीं डाइट कंट्रोल रखांगे उहदे बाला नहीं खांदे बाहर अंदर उपर खा लैणे आ बहुत बुरा फील हुंदा हुंदा इस गल दा कोई भी किसी भी बंदे नाल ते इस वीडियो नाल कोई लेना देना नहीं हैगा पर जिंदगी नाल हैगा मैं हर रोज तुहानू एक इह जी चंगी गल सिखाया करूंगा ते उहदा वीडियो नाल कोई लेना देना नहीं होया करूंगा कोई लिंक नहीं होया करूंगा किसे ने भी सीरियस होके नहीं सुनना पर गल ते गौर करन वाली हुंदी है गल सही गल ਤੁਹਾਨੂੰ ਇਹ ਤਾਂ ਦੱਸਿਆ ਨਹੀਂ ਅੱਜ ਦਾ ਆਪਣਾ ਪਲਾਨ ਕੀ ਆ ਅੱਜ ਦਾ ਆਪਣਾ ਪਲਾਨ ਆ ਕਿ ਆਪਾਂ ਲੁਧਿਆਣੇ ਜਾਣਾ ਵਾ ਤੇ ਜਾਣਾ ਵਾ ਇਸ ਟਰੈਕਟਰ ਤੇ ਠੀਕ ਆ ਜਿਹੜਾ ਕਿ ਕੱਦੂ ਨਾਲ ਪੂਰਾ ਲਿਬੜਿਆ ਹੋਇਆ ਜਿਹਦੇ ਤੇ ਮੈਂ ਨਹੀਂ ਬੈਠ ਸਕਦੀ ਹੈਗੀ ਇਹ ਵੀ ਇੱਕ ਮਜ਼ਾਕ ਹੀ ਸੀਗਾ ਜੇ ਤੁਸੀਂ ਕਮੈਂਟ ਕਰੋਗੇ ਜਦੋਂ ਕੱਦੂ ਨਿਬੜ ਗਿਆ ਤੇ ਆਪਣਾ ਟਾਇਟਰ ਚੌੜੇ ਦੁਬਾਰਾ ਪਾ ਲਈ ਤੁਸੀਂ ਕਮੈਂਟ ਕਰੋਗੇ ਵੀ ਤੁਸੀਂ ਲੁਧਿਆਣੇ ਲੈ ਕੇ ਆਇਓ ਫਿਰ ਆਪਾਂ ਜ਼ਰੂਰ ਲੈ ਕੇ ਜਾਵਾਂਗੇ ਫਿਲਹਾਲ ਲਈ ਹੁਣ ਟਰੈਕਟਰ ਨੂੰ ਬਾਹਰ ਕੱਢਣਾ ਫਿਰ ਗੱਡੀ ਨੂੰ ਬਾਹਰ ਕਰਨਾ ਫਿਰ ਟਰੈਕਟਰ ਨੂੰ ਅੰਦਰ ਕਰਨਾ ਫਿਰ ਜਾਣਾ ਫਿਲਹਾਲ ਹੀ ਇੱਕ ਕਮੈਂਟ ਨਾ ਹੀ ਕਰੋ ਵੀ ਟਰੈਕਟਰ ਤੇ ਅੱਜ ਤੋਂ ਅਸੀਂ ਟਰੈਵਲ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰਨੀਆਂ ਸੀਗੀਆਂ ਜਾਂ ਤਾਂ ਅਸੀਂ ਗੱਡੀ ਸਰਵਿਸ ਕਰਾਉਣੀ ਸੀਗੀ ਜਾਂ ਜਿਹੜੇ ਨਿੱਕੀ ਮੋਟੀ ਸ਼ਾਪਿੰਗ ਕਰਨੀ ਆ ਉਹ ਕਰਨੀ ਸੀ ਬਟ ਅੱਜ ਅਸੀਂ ਸਵੇਰੇ ਸਵੇਰੇ ਦੁਨੀਆਂ ਨੇ ਛੱਤਰ ਖਾ ਕੇ ਹਟੇ ਆ ਤਾਂ ਕਰਕੇ ਅਸੀਂ ਪਹਿਲਾਂ ਘਰ ਦਾ ਕੰਮ ਕਰਨ ਚੱਲੇ ਆ ਤੇ ਉਹ ਕੰਮ ਕੀ ਆ ਉਹ ਤੁਹਾਨੂੰ ਅਸੀਂ ਸਾਰਾ ਕੰਮ ਕੁੰਮ ਕਰਕੇ ਸ਼ਾਇਦ ਨਾਲ ਵੀ ਦੱਸੀ ਜਾਈਏ ਵੀ ਕੀ ਆ ਬੜਾ ਇੰਟਰਸਟਿੰਗ ਕੰਮ ਆ ਅਸੀਂ ਛੱਤਰ ਖਾ ਕੇ ਹਟੇ ਦੁਨੀਆਂ ਨੇ ਦੋਨਾਂ ਅੱਗੇ ਇੱਕ ਜਣ ਵੀ ਪੈਂਦੀ ਹੈ ਨਾ ਅੱਜ ਦੋਨਾਂ ਦੇ ਛੱਤਰ ਪਏ ਨੇ ਸਾਡੇ ਤੇ ਅੱਗੇ ਕਦੇ ਨਹੀਂ ਇਕੱਠੇ ਆ ਦੋਨਾਂ ਵੀ ਪਏ ਹੈਗੇ ਉਹ ਬਸ ਹੈ ਹੋਈ ਆ ਮਿਸਕਮਿਊਨੀਕੇਸ਼ਨ ਬਟ ਹੁਣ ਕੀ ਕਰ ਸਕਦੇ ਆ ਅੱਜ ਜਿਹੜੀ ਸਵੇਰ ਵਾਲੀ ਮੇਰੀ ਗੱਲ ਸੀ ਨਾ ਉਹ ਸਹੀ ਸੀ ਕਈ ਵਾਰੀ ਬੰਦਾ ਨਾ ਚਾਹੁੰਦੇ ਹੋਏ ਵੀ ਗਲਤੀਆਂ ਹੋ ਜਾਂਦੀਆਂ ਨੇ ਅੱਜ ਵਾਲੀ ਵੀਡੀਓ ਨਾਲ ਕਹਿ ਸਕਦੇ ਆ ਵੀ ਉਹ ਗੱਲ ਦਾ ਲਿੰਕ ਸੀਗਾ ਚਲੋ ਠੀਕ ਆ ਹੁਣ ਚੱਲਦਾ ਤੁਹਾਨੂੰ ਲੁਧਿਆਣੇ ਕੁਮਾਰ ਮੰਡੀ ਜਾ ਕੇ ਮਿਲਦੇ ਆ ਸੋਚੋ ਅਸੀਂ ਕੀ ਲਵਾਂਗੇ ਜਾ ਕੇ ਸਹੀ ਗੱਲ लाल रंग दी गड्डी निकली पवन कहिंदी आपां आ वाली स्विफ्ट लैने आ मैं कहा कमलीए स्विफ्ट नहीं हैगी मिनी कूपर आ ਦੂਜੀ ਛੱਤ ਵਾਲੀ ਸੀ ਲੈਂਦੀ ਛੱਤ ਵਾਲੀ ਸੀ ਮੈਨੂੰ ਲੱਗਦਾ ਨਾ ਪਰ ਸੋਹਣੀ ਬਹੁਤ ਸੀਗੀ ਕਹਿੰਦੀ ਆਹ ਵਾਲੀ ਸਵਿਫਟ ਲੈਣੇ ਆ ਲਓ ਵੀ ਜਿਹੜਾ ਅਸੀਂ ਕੰਮ ਆਏ ਸੀ ਉਹ ਹੋ ਗਿਆ ਕੰਮ ਕੀ ਸੀਗਾ
ਅਸੀਂ ਇੰਗਲੈਂਡ ਨੂੰ ਮੇਰੀ ਭਾਬੀ ਤੇ ਭੈਣ ਨੂੰ ਸੂਟ ਭੇਜਣਾ ਸੀਗਾ ਤੇ ਉਹ ਅਸੀਂ ਹੋ ਗਏ ਸੀ ਲੇਟ ਤੇ ਅੱਜ ਅਸੀਂ ਫਿਰ ਕੀ ਕਹਿੰਦੇ ਹੁੰਦੇ ਆ ਉਹਨਾਂ ਨੂੰ ਬਿਨਾਂ ਦੱਸੀ ਭੇਜ ਰਹੇ ਆ ਕਿਉਂਕਿ ਹੁਣ ਤਾਂ ਉਹਨਾਂ ਨੇ ਮਿਲਦਾ ਲੈ ਲਏ ਪਰ ਹੁਣ ਅਸੀਂ ਛਿੱਤਰਾਂ ਤੋਂ ਹੀ ਬਚਣਾ ਨਾ ਸਹੀ ਗੱਲ ਨਹੀਂ ਵਾਲੀਆਂ ਪੈਣਗੀਆਂ ਹੁਣ ਤਾਂ ਥੋੜੀਆਂ ਪੈ ਕੇ ਸੜਕੀਆਂ ਤੇ ਵਾਲੀਆਂ ਪੈਣਗੀਆਂ ਫਿਰ ਤਾਂ ਕਰਕੇ ਹੁਣ ਅਸੀਂ ਇੱਥੋਂ ਹੀ ਕੂਰੀਅਰ ਕਰਿਆਂਦਾ ਤੇ चलो ठीक है मिलदे फिर हुण बाद सोचदे की करना ਹਾਂਜੀ ਟਾਈਮ ਹਲੇ ਦੁਪਹਿਰ ਦੇ ਪੌਣੇ ਤਿੰਨ ਹੀ ਹੋਇਆ ਅਸੀਂ ਸੋਚਿਆ ਵੀ ਅਸੀਂ ਆਪਦੇ ਲਈ ਵੀ ਥੋੜੀ ਜਿਹੀ ਟ੍ਰਿਪ ਲਈ ਵੀ ਸ਼ਾਪਿੰਗ ਕਰ ਲਈ ਇੱਥੇ ਆਪਣੇ ਲੁਧਿਆਣੇ ਕੋਲੇ ਨੇ ਆਊਟਲੈਟ ਹੈ ਨਾ ਆਊਟਲੈਟ ਕੁਹਾੜਾ ਰੋਡ ਤੇ ਕੁਹਾੜਾ ਪਤਾ ਨਹੀਂ ਪਿੰਡ ਆ ਪਤਾ ਨਹੀਂ ਰੋਡ ਕਿਹੜੇ ਆ ਨਾ ਉੱਥੇ ਨੇ ਸੋ ਅਸੀਂ ਉੱਥੇ ਕਦੇ ਗਏ ਵੀ ਨਹੀਂ ਸੋਚਿਆ ਵੀ ਉੱਥੇ ਵਧੀਆ ਕੱਪੜੇ ਮਿਲ ਜਾਣਗੇ ਸੋ ਹੁਣ ਅਸੀਂ ਉੱਥੇ ਚੱਲੇ ਆ ਤੇ ਨਾਲੇ ਦੇਖ ਲਾਂਗੇ ਥੋੜੀ ਬਹੁਤੀ ਸ਼ਾਪਿੰਗ ਵੀ ਕਰ ਲਾਂਗੇ ਤੇ ਟ੍ਰਿਪ ਦਾ ਸਮਾਨ ਵੀ ਲੈ ਲਾਂਗੇ ਇਹ ਦੇਖਣ ਚੱਲੇ ਨੇ ਮੈਂ ਲੈਣ ਚੱਲੀ ਆ ਠੀਕ ਆ ਫਰਕ ਬਸ ਇੰਨਾ ਕੀ ਆ ਸਾਡੇ ਚ ਅਸੀਂ ਕੀ ਕਰਨਾ ਕੱਪੜਾ ਜਿਹੜਾ ਲੈ ਕੇ ਜਦ ਨਾ ਪਿੰਦਰ ਨੂੰ ਫਿਰ ਪਾਉਣ ਨੂੰ ਨਹੀਂ ਲੱਭਦਾ ਹੁੰਦਾ ਫਿਰ ਕਹਿਣਗੇ ਤੂੰ ਹੀ ਲਈ ਚੱਲਿਆ ਕਰ ਮੈਨੂੰ ਨਾ ਲੈ ਕੇ ਦਿਆ ਕਰ ਸੋ ਅੱਜ ਆਪਾਂ ਪਹਿਲਾਂ ਪਿੰਦਰ ਦੀ ਸ਼ਾਪਿੰਗ ਕਰਾਉਣੀ ਆ ਫਿਰ ਆਪਾਂ ਨਹੀਂ ਕਰਨੀ ਕੋਈ ਆਪਦੀ ਥੋੜੀ ਜੀ ਕਰ ਲਾਂਗੇ ਵੈਸੇ ਤੁਹਾਨੂੰ ਮੈਂ ਲੱਗਦਾ ਮੈਂ ਦੱਸਿਆ ਹੀ ਨਹੀਂ ਵੀ ਇਹ ਸ਼ਾਪਿੰਗ ਕਰੀ ਕਿਉਂ ਆ ਦਰਸਲ ਅਮਨੇ ਦੇ ਸਹੁਰੇ ਵਿਆਹ ਵਾ ਕੋਈ ਤਾਂ ਕਰਕੇ ਸੂਟ ਖਰੀਦੇ ਆ ਤੇ ਬਾਕੀ ਹੁਣ ਅਸੀਂ ਪਹੁੰਚ ਗਏ ਆ ਕੁਹਾੜੇ ਇਹ ਨਾ ਜਿਹੜਾ ਆਊਟਲੈਟ ਆ ਮੈਂ ਪਹਿਲੀ ਵਾਰੀ ਆਇਆ ਪਰ ਇੰਗਲੈਂਡ 'ਚ ਵੀ ਕੀ ਇੱਦਾਂ ਦਾ ਕੋਈ ਆਊਟਲੈਟ ਆ ਪਤਾ ਨਹੀਂ ਸੀ ਕਿੱਥੇ ਗਏ ਸੀਗੇ ਸੇਮ ਇੱਦਾਂ ਹੀ ਜਗ੍ਹਾ ਬਣੀ ਹੋਈ ਆ ਉਹ ਇੰਗਲੈਂਡ ਹੀ ਉਹ ਮੁੜੇ ਆਇਆ ਕਰੋ ਕਦੇ ਮੈਂ ਕਹਿੰਦਾ ਦੱਸ ਕੇ ਵੀਡੀਓ ਬਾਅਦ ਦੱਸਦੇ ਰਹਿਣਾ ਚਾਹੀਦਾ ਕਿ ਮੈਂ ਇੰਗਲੈਂਡ ਗਿਆ ਹੋਇਆ ਉਹ ਵੀ ਇੱਕ ਵਾਰ ਨਹੀਂ ਦੋ ਵਾਰੀ ਅੱਛਾ ਇੰਨਾ ਕੁ ਬਣਦਾ ਸਹੀ ਗੱਲ ਲੱਗੀ ਹੈ ਚਲੋ ਠੀਕ ਆ ਜੀ ਹੁਣ ਆਪਾਂ ਗਿਰੇ ਗੁੜੇ ਦੇ ਲਈਏ ਫਿਰ ਚੱਲਦੇ ਹਾਂ ਘਰ ਨੂੰ ਵੈਸੇ ਅੱਜ ਵਾਲੇ ਵੀਡੀਓ ਦਾ ਟਾਈਟਲ ਕਿਵੇਂ ਰਹੂਗਾ ਸ਼ਾਪਿੰਗ ਫਾਰ ਵੈਡਿੰਗ ਇਨ ਇੰਗਲੈਂਡ ਥੋੜ੍ਹਾ ਜਿਹਾ ਕਲਿੱਕ ਬੇਟ ਲੱਗੂਗਾ ਬਟ ਹੈ ਤਾਂ ਸੱਚ ਆ ਨਾ ਸ਼ਾਪਿੰਗ ਹੋ ਰਹੀ ਹੈ ਇੰਗਲੈਂਡ ਦੀ ਵੈਡਿੰਗ ਲਈ ਅਸੀਂ ਨਹੀਂ ਜਾ ਰਹੇ ਉਹ ਗੱਲ ਵੱਖਰੀ ਆ ਅੱਜ ਅਸੀਂ ਖਾ ਰਹੇ ਆ ਮੈਕਡੀ ਡਾਕੂ ਬੰਦਾ ਆ ਰਿਹਾ ਹੈਲੋ ਡਾਕੂ ਜੀ ਮੇਰੀ ਗੱਲ ਸੁਣੋ ਹਾਂਜੀ ਚੇਂਜ ਇਨ ਦੀ ਪਲਾਨ ਫੇਰ ਸਾਡੇ ਨਾ ਪਲਾਨ ਬਹੁਤ ਚੇਂਜ ਹੁੰਦੇ ਆ ਇਹ ਤਾਂ ਕੋਈ ਪਲਾਨ ਨਹੀਂ ਸੀ ਸਹੀ ਗੱਲ ਆ ਸੋ ਯੰਮੀ ਭੁੱਖ ਬਹੁਤ ਲੱਗੀ ਸੀਗੀ ਦਾਣੇ ਦਾਣੇ ਤੇ ਲਿਖਿਆ ਖਾਣੇ ਵਾਲੇ ਦਾ ਨਾਮ ਸਹੀ ਗੱਲ ਤੇ ਕੁਹਾੜੇ ਦੇ ਖਾਣੇ ਤੇ ਸਾਡਾ ਨਾਮ ਲਿਖਿਆ ਹੈ ਅਸੀਂ ਕੁਹਾੜੇ ਆਏ ਵੀ ਪਹਿਲੀ ਵਾਰੀ ਆ ਅਸੀਂ ਜਿਵੇਂ ਘੁਮਾਰ ਮੰਡੀਓਂ ਰੈੱਡ ਟੇਪ ਤੋਂ ਸ਼ੋਪਿੰਗ ਕੀਤੀ ਸੀ ਮੈਂ ਉਸ ਹਿਸਾਬ ਨਾਲ ਆਇਆ ਸੀ ਪਰ ਉਸ ਹਿਸਾਬ ਨਾਲ ਹੈ ਨਹੀਂ ਗਾ ਬਿਕੋਜ਼ ਬ੍ਰਾਂਡ ਵੀ ਵੱਡਾ ਵਾ ਪਰ ਹਾਂ ਚੱਲ ਥੋੜ੍ਹਾ ਜਿਹਾ ਫਰਕ ਹੈ ਪਰ ਬਹੁਤਾ ਫਰਕ ਨਹੀਂ ਹੈਗਾ ਜਿਵੇਂ ਆਪਣੇ ਨੋਰਮਲ ਸੇਲ ਲੱਗਦੀ ਹੁੰਦੀ ਆ ਲੁਧਿਆਣੇ ਮੌਲਾਂ 'ਚ ਉਸ ਹਿਸਾਬ ਨਾਲ ਹਾਂ ਉਵੇਂ ਆ ਹੁਣ ਜੀਜਾ ਕਰਨ ਨੂੰ ਹਟ ਗਿਆ ਸੋ ਇਸ ਕਰਕੇ ਮੈਂ ਸਿਰਫ ਇੱਕ ਹੀ ਟੀ ਸ਼ਰਟ ਲਈ ਆ ਵਾਲੀ ਦੇਖੋ ਵੀ ਅਸੀਂ ਜਿਹੜੀ ਵੀ ਜਗ੍ਹਾ ਤੇ ਜਾਂਦੇ ਹੁੰਦੇ ਆ ਇੱਕ ਓਨੈਸਟ ਰਿਵਿਊ ਦੇਣ ਦੀ ਕੋਸ਼ਿਸ਼ ਕਰਦੇ ਹੁੰਦੇ ਆ ਅੱਜ ਸਾਡਾ ਇੱਥੇ ਓਨੈਸਟ ਰਿਵਿਊ ਇਹੀ ਆ ਸ਼ਾਇਦ ਬਾਕੀਆਂ ਦਾ ਡਿਫਰੈਂਟ ਹੋਊਗਾ ਕਿ ਅਸੀਂ ਜਿਵੇਂ ਸੋਚ ਕੇ ਆਏ ਸੀ ਉਵੇਂ ਨਹੀਂ ਹੈਗਾ ਇੱਕ ਤਾਂ ਸੇਲ ਉਵੇਂ ਨਹੀਂ ਹੈਗੀ ਤੇ ਦੂਜਾ ਜਿਹੜੀ ਚੀਜ਼ ਪਸੰਦ ਆਉਂਦੀ ਆ ਉਹਨੂੰ ਉਹ ਫਰੈਸ਼ ਹੀ ਹੁੰਦੀ ਆ ਫਿਰ ਉਹ ਫੈਕਟਰੀ ਆਊਟਲੈਟ ਦਾ ਮਤਲਬ ਕੋਈ ਨਹੀਂ ਫਿਰ ਤਾਂ ਆਪਣੇ ਮਾਲ 'ਚ ਦਸੰਬਰ ਜਨਵਰੀ ਸੇਲ ਲੱਗਦੀ ਹੁੰਦੀ ਆ ਉਦੋਂ ਕੱਪੜੇ ਲੈ ਲਏ 30 ਕਿਲੋਮੀਟਰ ਚੱਲ ਕੇ ਇੱਥੇ ਕੋਈ ਫਾਇਦਾ ਹੋਇਆ ਨਹੀਂ ਹਾਂ ਮਤਲਬ ਸ਼ਾਇਦ ਕੋਈ ਕੋਈ ਬ੍ਰਾਂਡ ਹੋਣ ਬਟ ਅਸੀਂ ਨਾਈਕੀ ਪਿਊਮਾ ਮਡਾਮ ਐਡੀਡਾਸ ਮਤਲਬ ਜਿਹੜੇ ਥੋੜੇ ਮਹਿੰਗੇ ਬ੍ਰਾਂਡ ਹੁੰਦੇ ਨਾ ਜਾ ਕੇ ਦੇਖਿਆ ਸੀਗਾ ਉਹ ਗੱਲ ਬਣੀ ਨਹੀਂ ਹੈਗੀ ਜਿਹੜੀ ਸੋਚਿਆ ਸੀਗਾ ਸੇਮ ਹੀ ਆ ਸਾਰਾ ਆਪਾਂ ਨੂੰ ਘੁਮਾਰ ਮੰਡੀ ਵਾਲਾ ਰੈੱਡ ਟੇਪ ਠੀਕ ਆ ਬਾਕੀ ਸ਼ਾਇਦ ਸਹੀ ਆ ਕਈਆਂ ਲਈ ਫਿੱਟ ਬਹਿੰਦਾ ਹੋਵੇ ਬਟ ਫਿੱਟ ਨਹੀਂ ਬੈਠਿਆ ਹਾਂ ਇੱਕ ਓਨੈਸਟ ਰਿਵਿਊ ਹੁੰਦਾ ਵਾ ਚਲੋ ਜੀ
ਅੱਜ ਤਾਂ ਮੌਸਮ ਵਧੀਆ ਸੀਗਾ ਤਾਂ ਅਸੀਂ ਉੱਥੇ ਘੰਟਾ ਡੇਢ ਘੰਟਾ ਗੇੜੇ ਕੱਢ ਲਏ ਪੂਰੀ ਧੁੱਪ ਹੁੰਦੀ ਫਿਰ ਤਾਂ ਮਿਲਦਾ ਅਸੀਂ 15-20 ਮਿੰਟਾਂ 'ਚ ਮੁੜੇ ਆਉਣਾ ਸੀਗਾ ਹੁਣ ਮੈਂ ਇੱਕ ਹੋਰ ਗੱਲ ਕਰਨੀ ਆ ਉਹ ਪਵਨ ਨਾਮ ਨਹੀਂ ਕਰੀ ਹਲੇ ਪੁੱਛੋ ਕੀ ਕੀ ਮੈਂ ਨਾ ਪਰਸੋਂ ਚੌਥੇ ਇੱਕ ਵੀਡੀਓ 'ਚ ਕਿਹਾ ਸੀਗਾ ਵੀ ਮੈਂ ਉਹ ਸਟੋਵ ਆਰਡਰ ਕਰਨਾ ਜਿਹੜਾ ਆਪਾਂ ਨਾਲ ਟਰੈਵਲ ਵੇਲੇ ਕੈਰੀ ਕਰ ਸਕੀਏ ਤੇ ਜਿਹੜਾ ਸਟੋਵ ਆਪਾਂ ਰਾਤ ਪਵਨ ਚੈੱਕ ਕਰਦੇ ਸੀਗੇ ਆਨਲਾਈਨ ਉਹ ਛੋਟਾ ਜਿਹਾ ਲਾਲ ਜਿਹਾ ਸਭ ਤੋਂ ਮਤਲਬ ਇੰਡੀਆ ਦਾ ਪਹਿਲਾ ਲਾਈਫ ਸਟਾਈਲ ਬਲੌਗਰ ਆ ਜਿਹੜਾ ਮਤਲਬ ਕਾਮਯਾਬ ਹੋਇਆ ਵਾ ਤੇ ਉਹਨੇ ਵੀ ਉਹ ਆਰਡਰ ਕੀਤਾ ਵੀ ਅੱਜ ਦੇ ਟਾਈਮ ਚ ਵੀ ਉਹ ਚੀਜ਼ ਚਾਹੀਦੀ ਹੈ ਜਦੋਂ ਆਪਾਂ ਟਰੈਵਲ ਕਰਦੇ ਹਾਂ ਤੇ ਮੈਨੂੰ ਹੁਣ ਮੈਂ ਉਹਨੂੰ ਇੰਨਾ ਕੁ ਫੋਲੋ ਕਰਦਾ ਮੈਨੂੰ ਲੱਗਦਾ ਜਿਵੇਂ ਉਹ ਸੋਚਦਾ ਮੈਂ ਉਵੇਂ ਸੋਚਣ ਵੀ ਲੱਗ ਗਿਆ ਮੈਨੂੰ ਐਂ ਲੱਗਿਆ ਵੀ ਸੇਮ ਚੀਜ਼ ਤੇ ਆਪਾਂ ਰਾਤ ਉਹ ਕਿਉਂ ਨਹੀਂ ਸੀ ਆਰਡਰ ਕੀਤਾ ਵੀ ਉਹ ਇੱਕਦਮ ਫਲੇਮ ਵੱਧ ਮਾਰੂਗਾ ਨਾ ਸਹੀ ਗੱਲ ਹੈ ਵੀ ਇੱਕਦਮ ਪਟਾਕਾ ਪਊ ਉਹਦੀ ਅੱਜ ਵਾਲੀ ਵੀਡੀਓ ਜਿਹੜਾ ਮੇਨ ਮਤਲਬ ਥੰਬਨੇਲ ਆ ਉਹਦਾ ਪਟਾਕਾ ਪਿਆ ਹੋਇਆ ਉਹਦੇ ਘਰੇ ਚਲਾ ਕੇ ਦੇਖਿਆ ਸੀ ਕਿਉਂਕਿ ਨਾ ਜੇ ਅਸੀਂ ਯੂਟਿਊਬ ਤੇ ਵੀਡੀਓ ਦੇਖੀ ਸੀਗੀ ਵੀ ਇਹਦਾ ਸਿਲੰਡਰ ਕਿਵੇਂ ਫਿੱਟ ਹੋਣਾ ਚੱਲਣਾ ਕਿਵੇਂ ਆ ਜਿਹੜੇ ਉਹ ਮੁੰਡੇ ਨੇ ਚਲਾਈ ਨਾ ਉਹਨੇ ਜਦੋਂ ਲਾਇਆ ਪਹਿਲਾਂ ਤਾਂ ਗੈਸ ਬਾਹਰ ਇੱਕਦਮ ਨਿਕਲੀ ਮੈਂ ਕਿਹਾ ਪਿੰਦਰ ਰਹਿਣ ਦੋ ਫਿਰ ਜਦੋਂ ਉਹਨੇ ਚਲਾਇਆ ਉਹ ਜਦੋਂ ਲਾਈਟ ਲੱਗੀ ਮੀਨਸ ਕਿ ਅੱਗ ਲੱਗੀ ਉਦੋਂ ਵੀ ਉਹ ਬਹੁਤ ਤੇਜ਼ ਚੱਲੀ ਸੀਗੀ ਹਨਾ ਸੋ ਸਾਡਾ ਦਿਲ ਥੋੜਾ ਜਿਹਾ ਉੱਥੋਂ ਡਰ ਗਿਆ ਕਿਉਂਕਿ ਪੁੱਠੇ ਕੰਮਾਂ 'ਚ ਮੈਂ ਵੀ ਮਾਹਿਰ ਹਾਂ ਪਿੰਦਰ ਵੀ ਮਾਹਿਰ ਨੇ ਵੀ ਹੋਰ ਨਾ ਕੋਈ ਪੁੱਠਾ ਸਿੱਧਾ ਕੰਮ ਕਰਕੇ ਫਿਰ ਅਸੀਂ ਇੱਕ ਥੋੜੀ ਹੋਰ ਵਧੀਆ ਚੀਜ਼ ਦੇਖੀ ਸੀਗੀ ਚੱਲ ਉਹਨੇ ਹੁਣ ਮੋਟਰਸਾਈਕਲ ਦੇ ਟਰੈਵਲ ਵੱਧ ਕਰਦਾ ਉਹ ਮੁੰਡਾ ਤਾਂ ਕਰਕੇ ਉਹਨੇ ਛੋਟਾ ਹੀ ਆਰਡਰ ਕੀਤਾ ਹੋਣਾ ਅਸੀਂ ਥੋੜਾ ਜਿਹਾ ਵੱਡਾ ਦੇਖਿਆ ਸੀ ਅਸੀਂ ਥੋੜਾ ਜਿਹਾ ਵੱਡਾ ਦੇਖਿਆ ਵੀ ਤੁਸੀਂ ਗੱਡੀ 'ਚ ਸੌਖਾ ਰਹੂਗਾ ਤੇ ਬਾਕੀ ਹੁਣ ਪਤਾ ਨਹੀਂ ਯਾਰ ਤੇ ਉਹ ਵੱਡੇ ਵਿੱਚ ਨਾਲੇ ਉਹ ਸਿਲੰਡਰ ਲਾਉਣਾ ਸੌਖਾ ਵਾ ਸਿਲੰਡਰ ਲਾਉਣਾ ਸੌਖਾ ਵਾ ਕਿਉਂਕਿ ਛੋਟੇ 'ਚ ਥੋੜਾ ਜਿਹਾ ਔਖਾ ਲੱਗਿਆ ਸਾਨੂੰ ਪਰ ਉਹ ਛੋਟੇ ਵਾਲਾ 700 ਰੁਪਏ ਇਹਦਾ ਵੱਡੇ ਵਾਲਾ ਸੀਗਾ 2800-2900 ਦਾ ਪਤਾ ਨਹੀਂ ਜੱਟਾ ਪੈਸਾ ਮੈਟਰ ਨਹੀਂ ਕਰਦਾ ਸੇਫਟੀ ਮੈਟਰ ਕਰਦੀ ਹੈ ਇਹ ਵੀ ਹੈ ਮੈਂ ਵੈਸੇ 700 ਪਿੱਛੇ ਸਿੱਟਾ ਇਹ ਸੀਗਾ ਹੁਣ ਜੇ ਤੁਸੀਂ ਕੋਈ ਉਹਦੇ ਨਾ ਵਲੌਗ ਦੇਖਣ ਜਾਓਗੇ ਉਹ ਮੁੰਡੇ ਦੇ ਮੋਮਬਾਈਕਰ ਨਿਕਲਦੇ ਉਹਦੇ ਵਲੌਗ ਪਿਛਲੇ ਸਾਲ ਵਾਲੇ ਨਾ ਦੇਖਿਓ ਕਿਉਂਕਿ ਪਿਛਲੇ ਇੱਕ ਸਾਲ ਦਾ ਲਾਕਡਾਊਨ ਚੱਲਦਾ ਉਹਦੇ ਵਲੌਗ ਮੈਂ ਵੀ ਕਹਿ ਸਕਦਾ ਕਿ ਕੁਛ ਹੱਦ ਤੱਕ ਬੋਰਿੰਗ ਹੁੰਦੇ ਸੀ ਪਰ ਮੈਂ ਤਾਂ ਫਿਰ ਵੀ ਦੇਖ ਲੈਣਾ ਪਰ ਅੱਜ ਤੋਂ 3-4 ਸਾਲ ਪੁਰਾਣੇ ਉਹਦੇ ਵਲੌਗ ਦੇਖ ਕੇ ਦੇਖਿਓ ਤੁਹਾਨੂੰ ਇੰਨੀ ਮੋਟੀਵੇਸ਼ਨ ਤੇ ਇੰਨੀ ਇਨਸਪੀਰੇਸ਼ਨ ਮਿਲੂਗੀ ਨਾ ਜਿਨ੍ਹਾਂ ਨੂੰ ਵਲੌਗਿੰਗ ਦਾ ਚਾਅ ਹੁੰਦਾ ਕਿਉਂਕਿ ਉਹ ਮੁੰਡੇ ਨੇ ਫਿਰ ਮੁੰਡੇ ਦਾ ਸਫ਼ਰ ਪਤਾ ਕੀ ਆ ਇੱਕ KTM ਡਿਊਕ ਮੋਟਰਸਾਈਕਲ ਤੋਂ ਅੱਜ ਉਹਦੇ ਕੋਲ BMW ਦਾ ਸਭ ਤੋਂ ਮਹਿੰਗਾ ਮੋਟਰਸਾਈਕਲ ਆ ਮਰੂਤੀ ਸਵਿਫਟ ਤੋਂ ਅੱਜ ਉਹਦੇ ਕੋਲ ਇੱਕ ਆਡੀ ਹੈ ਇੱਕ ਹੰਡਾਈ ਦੀ ਗੱਡੀ ਹੈ ਕੋਈ ਤੇ ਇੱਕ ਛੋਟੇ ਜਿਹੇ ਘਰ ਤੋਂ ਅੱਜ ਉਹਦੇ ਕੋਲ ਵੱਡਾ ਹਰਾ ਘਰ ਆ ਤੇ ਬਸ ਆਹੀ ਗੱਲਾਂ ਕਹਿਣੀਆਂ ਸੀ ਬਾਕੀ ਮਤਲਬ ਪਤਾ ਨਹੀਂ ਕੀ ਆ ਮਤਲਬ ਇਹ ਆ ਕਿ ਜਿਹਨੂੰ ਤੁਸੀਂ ਫੋਲੋ ਕਰੋ ਉਹਨੂੰ ਇੰਨਾ ਫੋਲੋ ਕਰੋ ਕਿ ਜਿਵੇਂ ਉਹ ਸੋਚਦਾ ਤੁਸੀਂ ਉਵੇਂ ਸੋਚਣਾ ਸ਼ੁਰੂ ਕਰ ਸਕਦੇ ਹੋ ਜਿਵੇਂ ਪਿੰਦਰ ਲੱਗੇ ਹੋਏ ਨੇ ਅੱਜ ਕੱਲ ਹਾਂ ਪਿੰਦਰ ਤੇ ਉਹਦੀ ਥਿੰਕਿੰਗ ਸੇਮ ਹੋਣ ਲੱਗ ਗਈ ਸੇਮ ਹੋਣ ਲੱਗ ਗਈ ਮੈਂ ਕਹਿਣਾ ਇਹ ਚਾਹੁੰਦਾ ਸੀਗਾ ਸੱਚ ਸਹੀ ਗੱਲ ਤੇ ਬਾਕੀ ਸਾਨੂੰ ਕਿੰਨਾ ਟਾਈਮ ਹੋ ਗਿਆ ਆ ਰਾਤ ਆ ਕੇ ਸਾਨੂੰ ਜਾਮ ਹਮੇਸ਼ਾ ਮਿਲਣਾ ਹੁੰਦਾ ਸਹੀ ਗੱਲ ਹੈ ਨਾ ਪਿੰਦਰ ਆ ਪਿੰਡ ਚ ਆ ਕੇ ਹਾਂ ਚਲੋ ਜੀ ਠੀਕ ਹੁਣ ਚੱਲਦੇ ਆ ਘਰ ਨੂੰ ਆਪਾਂ ਹਾਂਜੀ ਆਪਾਂ ਆ ਗਏ ਘਰੇ ਵਾਪਸ ਅੱਜ ਦਾ ਵਲੌਗ ਬਸ ਇੰਨਾ ਕੀ ਆ ਜੇ ਵਲੌਗ ਵਧੀਆ ਲੱਗਿਆ ਵਲੌਗ ਨੂੰ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਸ ਅੱਜ ਆਪਾਂ ਸਵੇਰੇ ਪਹਿਲਾਂ ਘਮਾਰ ਮੰਡੀ ਗਏ ਉੱਥੋਂ ਕੱਪੜੇ ਲਏ ਤੇ ਕੋਰੀਅਰ ਕਰਤੇ ਉਦੋਂ ਬਾਅਦ ਆਪਾਂ ਘਾੜੇ ਗਏ ਉੱਥੇ ਆਪਾਂ ਥੋੜੀ ਸ਼ਾਪਿੰਗ ਕੀਤੀ ਮਤਲਬ ਇੱਕ ਟੀ-ਸ਼ਰਟ ਦੀ ਤੇ ਉਦੋਂ ਬਾਅਦ ਆਪਾਂ ਘਰੇ ਆ ਗਏ ਤੇ ਕੱਲ ਦਾ ਵਲੌਗ ਥੋੜਾ ਜਿਹਾ ਇਮੋਸ਼ਨਲ ਹੋਊਗਾ ਕਿਉਂਕਿ ਕੋਈ ਚੀਜ਼ ਜਾਣ ਵਾਲੀ ਆ ਮਤਲਬ 90% ਪੱਕਾ ਕਿ ਉਹਨੇ ਚਲੇ ਜਾਣਾ ਕੀ ਹੋ ਸਕਦਾ ਤੁਸੀਂ ਕਮੈਂਟ ਕਰਿਓ ਬਾਕੀ ਸਾਰਾ ਕੁਝ ਠੀਕ ਆ ਤੇ ਮਿਲਦੇ ਹਾਂ ਅਗਲੀ ਵੀਡੀਓ ਚ ਚੰਗਾ ਜੀ ਸਤਿ ਸ੍ਰੀ ਅਕਾਲ ਫਿਰ ਬਾਏ ਬਾਏ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਹੈ ਬਹੁਤ ਦਿਨ ਹੋ ਗਏ ਵਿਊ ਘੱਟ ਆਉਂਦੇ ਆ ਕਮੈਂਟ ਵੀ ਕਰ ਦਿਆ ਕਰੋ ਚਲੋ ਚੰਗਾ ਜੀ